ਅੰਮ੍ਰਿਤਸਰ ਤੋਂ ਬੜੀ ਅਹਿਮ ਖਬਰ ਆ ਰਹੀ ਹੈ। ਅਕਸਰ ਤੁਸੀਂ ਫਿਲਮਾਂ ਵਿੱਚ ਵੇਖਿਆ ਹੋਵੇਗਾ, ਕੁਝ ਲੋਕ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਮਾੜਾ ਰਸਤਾ ਅਖਤਿਆਰ ਕਰ ਲੈਂਦੇ ਨੇ ਤੇ ਕਈ ਵਾਰ ਉਹ ਵਾਰਦਾਤਾਂ ਵੀ ਕਰ ਦਿੰਦੇ ਨੇ। ਪਰ ਅਸਲ ਵਿੱਚ ਅੱਜ ਅਸੀਂ ਤੁਹਾਨੂੰ ਜੋ ਵਿਖਾਉਣ ਜਾ ਰਹੇ ਹਾਂ ਉਹ ਵੀ ਕਿਸੇ ਫਿਲਮੀ ਦੁਨੀਆ ਤੋਂ ਘੱਟ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਸੋਨੇ ਦੀਆਂ ਇੱਟਾਂ ਤੇ ਨੋਟਾਂ ਦੇ ਬੰਡਲ ਜਿਹੜੇ ਤੁਸੀਂ ਇਸ ਸਮੇਂ ਪੁਲਿਸ ਦੇ ਕਬਜ਼ੇ ਵਿੱਚ ਵੇਖ ਰਹੇ ਹੋ ਤੇ ਨਾਲ ਖੜੇ 4 ਨੌਜਵਾਨਾਂ ਨੂੰ ਵੇਖ ਰਹੇ ਹੋ, ਦਰਅਸਲ ਇਹ ਸਾਰੇ 1 ਕਰੋੜ ਦੀ ਲੁੱਟ ਦੇ ਨਾਲ ਜੁੜੇ ਹੋਏ ਨੇ। ਕਹਾਣੀ ਕੁਛ ਇਸ ਤਰ੍ਹਾਂ ਹੈ ਕਿ ਸਾਰੇ ਨੌਜਵਾਨ ਆਪਣੇ ਜੀਵਨ ਨੂੰ ਪਾਲਣ ਵਾਸਤੇ ਛੋਟਾ ਮੋਟਾ ਕੰਮ ਕਰਦੇ ਨੇ। ਇਹਨਾਂ ਦੇ ਜੀਵਨ ਦਾ ਸੁਪਨਾ ਸੀ ਐਸ਼ ਪ੍ਰਸਤੀ ਕਰਨਾ, ਜਿਸ ਸੁਪਨੇ ਨੂੰ ਪੂਰਾ ਕਰਨ ਵਾਸਤੇ ਉਹ ਬਣ ਗਏ ਚੋਰ, ਔਰ ਚੋਰੀ ਵੀ ਸੁਪਰ ਡੂਪਰ ਤਰੀਕੇ ਨਾਲ ਇਹਨਾਂ ਲੋਕਾਂ ਨੇ ਕੀਤੀ ਹੈ। ਇਸ ਦੇ ਵਿੱਚ ਇੱਕ ਅਨਿਕੇਤ ਨਾਮ ਦਾ ਨੌਜਵਾਨ ਹੈ ਜਿਸਨੇ ਆਪਣੇ ਵਿਆਹ ਕਰਾਉਣ ਦੀ ਇੱਛਾ ਨੂੰ ਪੂਰਾ ਕਰਨਾ ਸੀ ਤੇ ਉਹ ਬਣ ਗਿਆ ਚੋਰ, ਜਿਸ ਦੀ ਕੁਛ ਸਮੇਂ ਬਾਅਦ ਹੀ ਕੋਰਟ ਦੇ ਵਿੱਚ ਸ਼ਾਦੀ ਹੋਣੀ ਸੀ। ਆਪਣੀ ਪਤਨੀ ਦੇ ਨਾਲ ਉਸਨੇ ਵਿਦੇਸ਼ ਚਲੇ ਜਾਣਾ ਸੀ, ਉਹ ਇਸ ਚੋਰੀ ਦਾ ਹਿੱਸਾ ਬਣ ਗਿਆ। ਦਰਅਸਲ ਅੰਮ੍ਰਿਤਸਰ ਦੇ ਰਾਣੀ ਬਾਗ ਇਲਾਕੇ ਦੇ ਵਿੱਚ ਸੁਧਾ ਭੰਡਾਰੀ ਨਾਮ ਦੀ ਔਰਤ ਦੇ ਘਰ ਇੱਕ ਚਰਨਜੀਤ ਕੌਰ ਨਾਮ ਦੀ ਔਰਤ ਪਿਛਲੇ 20 ਸਾਲਾਂ ਤੋਂ ਰਹਿ ਰਹੀ ਸੀ। ਉਸਦਾ ਇੱਕ ਨਜ਼ਦੀਕੀ ਅਨਮੋਲ ਆਪਣੀ ਬੂਆ ਚਰਨਜੀਤ ਕੌਰ ਨੂੰ ਮਿਲਣ ਵਾਸਤੇ ਆਉਂਦਾ ਸੀ। ਕੁਛ ਸਮੇਂ ਬਾਅਦ ਅਨਮੋਲ ਉਰਫ ਚਾਂਦ ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਇਸ ਘਰ ਵਿੱਚ ਕਾਫੀ ਪੈਸਾ ਹੈ ਤੇ ਉਸਨੇ ਆਪਣੀ ਸੋਚ ਉਸ ਘਰ ਦੇ ਪ੍ਰਤੀ ਬਦਲ ਦਿੱਤੀ, ਕੁਛ ਇੱਕ ਦੋਸਤਾਂ ਨੂੰ ਆਪਣੇ ਨਾਲ ਲਿਆ ਤੇ ਚੋਰੀ ਨੂੰ ਦੇਤਾ ਅੰਜਾਮ। ਉਸ ਘਰ ਦੇ ਵਿੱਚ ਬਹੁਤ ਸੋਨਾ, ਨਗਦੀ ਤੇ ਸੋਨੇ ਦੀਆਂ ਇੱਟਾਂ ਵੀ ਸਨ, ਜਿਸ ਦੀ ਭਿਣਕੀ ਇਹਨਾਂ ਲੋਕਾਂ ਨੂੰ ਲੱਗ ਗਈ ਔਰ ਫਿਰ ਚੜ ਗਏ ਪੁਲਿਸ ਦੇ ਹੱਥੇ। ਪੁਲਿਸ ਆਫੀਸਰ ਨੇ ਕੀ ਕਿਹਾ, ਆਓ ਸੁਣਦੇ ਹਾਂ। ਸੋ ਇਹ ਅਸੀਂ ਅੱਜ ਇਕੱਠੇ ਹੋਏ ਹਾਂ, ਬੇਸਿਕਲੀ ਇੱਕ ਬਹੁਤ ਮੇਜਰ ਚੋਰੀ ਹੋਈ ਸੀਗੀ ਘਰ ਦੇ ਵਿੱਚ। ਜਿਹੜੇ ਓਨਰਸ ਹੈਗੇ ਹੈ ਉਹ ਕਿਤੇ ਬਾਹਰ ਗਏ ਹੋਏ ਸੀਗੇ ਅਤੇ ਕਾਫੀ ਆਲਮੋਸਟ 1 ਕਰੋੜ ਤੋਂ ਉੱਪਰ ਦਾ ਇਹਦੇ 'ਚ ਅਮਾਊਂਟ ਜਿਹੜੀ ਹੈ ਉਹ ਸਟੋਲਨ ਪ੍ਰੋਪਰਟੀ ਇਹਦੇ 'ਚ ਰਿਪੋਰਟ ਹੋਈ ਹੈ। ਅਤੇ ਇੱਕ CIA ਦੀ ਟੀਮ ਨੇ ਕਾਫੀ ਇਹਨਾਂ ਨੇ ਅੱਛਾ ਕੰਮ ਕਰਦੇ ਹੋਏ ਉਹਦੇ 'ਚੋਂ 4 ਜਿਹੜੇ ਮੇਨ ਐਕਿਊਜ਼ਡ ਹੈ ਉਹ ਅਰੈਸਟ ਹੋ ਚੁੱਕੇ ਹੈ, ਕੁਛ ਹੋਰ ਆਈਡੈਂਟੀਫਾਈਡ ਹੈਗੇ ਅਤੇ ਫੋਲੋਅਪ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਨੂੰ ਆਸ ਹੈ ਕਿ ਬਾਕੀਆਂ ਨੂੰ ਵੀ ਜਲਦੀ ਫੜਿਆ ਜਾਏਗਾ। ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਜਾਂ ਜੋ ਹੁਣ ਤੱਕ ਐਕਸ਼ਨ ਹੋਇਆ ਹੈਗਾ ਉਹਦੇ 'ਚ ਅਨਮੋਲ ਉਰਫ ਚਾਂਦ, ਅਨਿਕੇਤ ਉਰਫ ਭੋਲੂ, ਹੀਰਾ ਸਿੰਘ ਉਰਫ ਮੋਟਾ ਅਤੇ ਹਰਵਿੰਦਰ ਸਿੰਘ ਉਰਫ ਹੀਰਾ, ਇਹ 4 ਲੋਕ ਫੜੇ ਗਏ ਹੈ ਅਤੇ ਟੋਟਲ 28 ਲੱਖ ਰੁਪਏ ਦੀ ਕੈਸ਼ ਰਿਕਵਰੀ ਹੋ ਚੁੱਕੀ ਹੈਗੀ ਹੈ। ਇਸ ਤੋਂ ਇਲਾਵਾ ਗੋਲਡ ਦੀਆਂ 2 ਬ੍ਰਿਕਸ ਹੈ ਜੋ ਕਿ ਆਲਮੋਸਟ 1 ਕਿਲੋ ਦੀ 1 ਬ੍ਰਿਕ ਹੈਗੀ ਹੈ, ਸੋ 2 ਬ੍ਰਿਕਸ ਰਿਕਵਰ ਹੋਈਆਂ ਹੈਗੀਆਂ ਅਤੇ ਇਸ ਤੋਂ ਇਲਾਵਾ ਵੀ ਕੁਛ ਜੁਐਲਰੀ ਵਗੈਰਾ ਜਿਹੜੀ ਰਿਕਵਰ ਹੋ ਚੁੱਕੀ ਹੈ। ਜਿਹੜਾ ਗੋਲਡ ਹੁਣ ਤੱਕ ਰਿਕਵਰ ਹੈਗਾ ਇਹਦੀ ਆਲਮੋਸਟ 76 ਲੱਖ ਦੇ ਕਰੀਬ ਵੈਲਿਊ ਹੈਗੀ ਹੈ ਅਤੇ ਟੋਟਲ 1 ਕਰੋੜ 4 ਲੱਖ ਦੀ ਟੋਟਲ ਰਿਕਵਰੀ ਸੋ ਫਾਰ ਵੀ ਹੈਵ ਡਨ। ਬਾਕੀ ਫੋਲੋਅਪ ਇਨਵੈਸਟੀਗੇਸ਼ਨ ਇਜ਼ ਔਨ ਐਂਡ ਵੀ ਆਰ ਹੋਪਫੁਲ ਕਿ ਬਾਕੀਆਂ ਨੂੰ ਵੀ ਫੜ ਲਾਂ। ਹਾਂਜੀ, ਨਹੀਂ ਐਜ਼ ਪਰ ਰਿਪੋਰਟ ਦੇਰ ਇਜ਼ ਮੋਰ ਪ੍ਰੋਪਰਟੀ ਐਂਡ ਵੀ ਆਰ ਫੋਲੋਇੰਗ ਇਟ ਅਪ। ਅਸੀਂ ਹੁਣ ਤੱਕ 4 ਅਰੈਸਟ ਕਰ ਲਏ ਹੈਗੇ ਐਂਡ ਵੀ ਹੈਵ ਆਈਡੈਂਟੀਫਾਈਡ ਅਰਾਊਂਡ 4 ਮੋਰ, ਸੋ ਦੇਰ ਸ਼ੁੱਡ ਬੀ ਅਬਾਊਟ 8 ਪੀਪਲ ਹੂ ਆਰ ਇਨਵੋਲਵਡ ਇਨ ਦਿਸ ਕੇਸ। ਜੋ ਇਹਨਾਂ ਨੇ FIR ਲਿਖਾਈ ਹੈਗੀ ਹੈ ਰਿਪੋਰਟਡ ਹੈਗਾ ਉਹਨਾਂ ਨੂੰ, ਦੈਟ ਅਮਾਊਂਟ ਇਜ਼ ਮੋਰ ਦੈਨ 1 ਕਰੋੜ, ਦੈਟ ਇਜ਼ ਆਈ ਮੀਨ ਦਾ ਟੋਟਲ ਵੈਲਿਊ ਇਜ਼ 1 ਕਰੋੜ 85 ਲੱਖ। ਉਹਨਾਂ ਨੇ ਕੈਸ਼ ਜ਼ਿਆਦਾ ਦੱਸਿਆ ਹੈਗਾ ਬਟ ਦੇ ਦੀ ਇਵੈਲੂਏਸ਼ਨ ਇਜ਼ ਸਟਿਲ ਔਨ ਐਂਡ ਵੀ ਆਰ ਇਨ ਟੱਚ ਵਿਦ ਦੈਮ, ਕਿਉਂਕਿ ਟੋਟਲ ਕੈਸ਼ ਇਟਸੈਲਫ ਦੇ ਵਰ ਸੇਇੰਗ ਮੇ ਬੀ ਦੇ ਵਰ ਸਲਾਈਟਲੀ ਨੋਟ ਵੈਰੀ ਕਲੀਅਰ, ਬਟ ਕੈਸ਼ ਪਲੱਸ ਜੁਐਲਰੀ ਵਗੈਰਾ ਮਿਲਾ ਕੇ ਆਲਮੋਸਟ 2.25 ਕਰੋੜ ਦਾ ਉਹਨਾਂ ਨੇ ਦੱਸਿਆ ਸੀ ਸਾਨੂੰ। ਵੀ ਆਰ ਫੋਲੋਇੰਗ ਅਪ ਦੀ ਇਨਵੈਸਟੀਗੇਸ਼ਨ ਐਜ਼ ਆਈ ਸੈਡ ਕਿ ਹਜੇ ਸਾਡੇ ਜਿਹੜੇ 2 ਬੰਦੇ ਆ ਫੜੇ ਗਏ ਹੈਗੇ ਇਹਨਾਂ ਨੇ ਪ੍ਰੀਲਿਮਨਰੀ ਇੰਟੈਰੋਗੇਸ਼ਨ 'ਚ ਇਹੀ ਕਿਹਾ ਕਿ ਦੇ ਆਰ ਮੋਰ ਦੈਨ 2, ਸੋ ਵੀ ਵੰਸ ਵੀ ਕੈਚ ਦੈਮ ਵੀ ਨੋ ਦੀ ਐਗਜ਼ੈਕਟ ਨੰਬਰ। ਬੇਸਿਕਲੀ ਤੁਹਾਨੂੰ ਕੁਛ ਡਿਟੇਲਸ ਇਨਵੈਸਟੀਗੇਟਿੰਗ ਟੀਮ ਵੀ ਦੱਸ ਦੇਗੀ ਬਟ
ਇਹੋ ਜਿਹੇ ਕੇਸ 'ਚ ਐਜ਼ ਵੀ ਆਰ ਅਵੇਅਰ ਕਿ ਕੁਛ ਨਾ ਕੁਛ ਇਨਸਾਈਡਰ ਇਨਫੋਰਮੇਸ਼ਨ ਹੁੰਦੀ ਹੈਗੀ ਹੈ। ਸੋ ਵਨ ਆਫ ਦੀ ਮੇਨ ਐਕਿਊਜ਼ ਜਿਹੜਾ ਚਾਂਦ ਹੈਗਾ, ਇਹਦੀ ਭੂਆ ਲੱਗਦੀ ਹੈਗੀ ਹੈ, ਰਿਲੇਟਿਵ ਹੈ, ਜੋ ਕਿ ਉਸ ਘਰ ਦੀ ਦੇਖ ਰੇਖ ਕਰਦੇ ਹੈਗੇ, ਉਸ ਘਰ ਦੇ ਕੇਅਰ ਟੇਕਰ ਟਾਈਪ ਹੈਗੇ, ਬਹੁਤ ਪੁਰਾਣੇ ਉੱਥੇ ਸਰਵਿਸ ਹੈ। ਸੋ ਇਹ ਕਦੀ ਕਦੀ ਉੱਥੇ ਜਾ ਕੇ ਰਹਿੰਦਾ ਹੁੰਦਾ ਸੀ ਅਤੇ ਹੀ ਗੋਟ ਟੂ ਨੋ ਕਿ ਇਹਨਾਂ ਕੋਲ ਕਾਫੀ ਜੂਲਰੀ ਅਤੇ ਕੈਸ਼ ਵਗੈਰਾ ਖਰਚ ਹੁੰਦਾ ਹੈਗਾ। ਸੋ ਦੈਟ ਇਜ਼ ਹਾਓ ਉਹਨੂੰ ਆਈਡੀਆ ਆਇਆ। ਅੱਗੇ ਉਹਨੇ ਆਪਣੇ ਇਸ ਗਰੁੱਪ ਦੇ ਨਾਲ ਗੱਲ ਕੀਤੀ ਹੈ ਅਤੇ ਉਹਨਾਂ ਨੇ ਇਸ ਨੂੰ ਐਗਜ਼ੀਕਿਊਟ ਕੀਤਾ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ।